ਆ ਕਹੇ ਜੇ ਨਾ ਤੁਹਾਡੇ ਘਰ ਦੇ ਸਮਝਾਉਂਦਿਆਂ ਸਮਝਾਉਂਦਿਆਂ ਨੂੰ ਰਾਤ ਪੈਣ ਵਾਲੀ ਹੋ ਗਈ। ਇੱਕ ਆ ਤੁਹਾਡੀ ਬੁੜੀ ਜਦੋਂ ਬਣਾ ਕੇ ਚੂੰਗੜੇ ਵਰਗਾ ਮੂੰਹ ਬੋਲਦੀ ਹੈ ਨਾ, ਮਾੜੇ ਬੰਦੇ ਦਾ ਦਿਲ ਫਟ ਜੇ। ਅਤੇ ਤੂੰ ਉਹਨਾਂ ਨੂੰ ਕੀ ਦੱਸਣ ਲੱਗਿਆ ਸੀ? ਕਾਕਾ ਜੀ ਹੋਸ਼ ਕਰੋ, ਵਿਆਹ ਕਰਾ ਰਹੇ ਹੋ, ਕੋਈ ਸਬਜ਼ੀ ਮੰਡੀ 'ਚ ਨਹੀਂ ਖੜ੍ਹੇ। ਛਾਂਟ ਕੇ ਜੇ ਕਹਿ ਦੋਗੇ ਵੀ ਆ ਕੱਚੇ ਜੇ ਕੱਦੂ 2 ਕਿਲੋ ਤੋਲ ਦੇ। ਉਦੋਂ ਬੜੀ ਗੁੱਠ ਵਾਲੀ ਪੱਗ ਬੰਨ੍ਹ ਕੇ ਵਿਚੋਲਾ ਬਣ ਕੇ ਜਾਵੜਿਆ ਸੀ, ਫੋਟੋ ਨਹੀਂ ਸੀ ਦੇਖ ਸਕਦਾ? ਤੂੰ ਦੇਖ ਲੈਂਦਾ, ਨਾਲੇ ਵਿਚੋਲੇ ਨੂੰ ਸਾਡਾ ਕੋਈ ਖਾਂਦਾ ਨਹੀਂ ਪੇਸ਼ਾ ਇਹ। ਮੈਂ ਤਾਂ ਇੱਕ ਮੋਬਾਈਲ ਦੇ ਲਾਲਚ ਨੂੰ ਮੋਰੇ 'ਚ ਲੱਤ ਫਸਾ ਬੈਠਾ। ਉਹ ਮੈਨੂੰ ਨਹੀਂ ਚਾਹੀਦਾ ਭਰਾਵਾ ਤੇਰਾ ਐਪਲ ਉੱਪਲ, ਮੈਨੂੰ ਤਾਂ ਨੋਕੀ ਸੱਪ ਵਾਲਾ ਠੀਕ ਹੈ। ਬਈ ਕੁਛ ਨਾ ਕੁਛ ਤਾਂ ਕਰਨਾ ਪਊਗਾ ਯਾਰ, ਮੈਂ ਤਾਂ ਨਹੀਂ ਬਚਣਾ ਹੈ। ਤੁਹਾਡੀ ਬੁੜੀ ਤਾਂ ਖੰਗਰ ਵਰਗਾ ਪੱਕਾ ਮਨ ਬਣਾਈ ਬੈਠੀ ਹੈ, ਉਹ ਤਾਂ ਨਹੀਂ ਟੁੱਟਦਾ, ਅਤੇ ਕੁੜੀ ਵਾਲਿਆਂ ਦੀ ਇੱਜ਼ਤ ਦਾ ਸਵਾਲ ਹੈ। ਲੈ ਵੀ ਜੇ ਕੁੜੀ ਜਵਾਬ ਦੇ ਦੇ ਫਿਰ ਬਈ ਓਏ। ਹਾਂ ਆਹ ਗੱਲ ਤੇਰੀ ਠੀਕ ਹੈ, ਤੂੰ ਐਂ ਕਰ ਕੁੜੀ ਨੂੰ ਬੁਲਾ, ਉਹਦੇ ਨਾਲ ਲੱਛਣ ਲੋਛਣ ਕਰ, ਕੌਫੀ ਕੂਫੀ ਡੋਲ, ਭਰਾਵਾ ਜਿਵੇਂ ਮਰਜ਼ੀ ਕਰ, ਮੇਰੀ ਮੋਰੇ 'ਚ ਲੱਤਕਦਾ। ਹੇ ਸੱਚੇ ਪਾਤਸ਼ਾਹ, ਮੇਰੇ ਪੋਤੇ ਨੂੰ ਸਮਰਥ ਦੇ, ਜਿੱਥੇ ਕਹਾਂ ਉੱਥੇ ਵਿਆਹ ਕਰਾ ਲੈ। ਵਾਹਿਗੁਰੂ। ਤੂੰ ਕਿੱਧਰ ਨੂੰ ਚੱਕਿਆ? ਵਾਈਫ ਨੂੰ ਮਿਲਣ ਜਾ ਰਿਹਾ ਆਪਣੇ ਨੂੰ। ਕੀ? ਉਹ ਜਾਣੀ ਦੇ ਆਪਣੀ ਹੋਣ ਵਾਲੀ ਘਰ ਵਾਲੀ ਨੂੰ ਮਿਲਣ ਚੱਲਿਆ। ਬਸ ਆਹੀ ਕਸਰ ਰਹਿ ਗਈ ਸੀ। ਸੁਣ ਲੈਣੀ ਵੱਡੀ ਐ ਸਚਿਆਰ ਨੇ ਨਾ, ਤੇਰਾ ਪਿਓ ਮਿਲ ਗਿਆ ਉਹ ਵਿਆਹ ਤੋਂ ਪਹਿਲਾਂ ਤੇਰੀ ਮਾਂ ਨੂੰ, ਤੇ ਆ ਜਿਹੜਾ ਮੇਰੇ ਪੇਸ਼ ਪਿਆ ਇਹ ਮਿਲਣਾ ਸੀ ਵਿਆਹ ਤੋਂ ਪਹਿਲਾਂ ਮੈਨੂੰ। ਕੀ ਲੱਛਣ ਫੜੇ ਨੇ? ਆਪਾਂ ਨਹੀਂ ਫਿਰ ਕਰਾਉਣਾ ਵਿਆਹ ਵਿਊ, ਇਹ ਸਭ ਤੇਰੇ ਬਹਾਨੇ ਨੇ, ਬਿਮਾਰੀ ਤੈਨੂੰ ਕੁਛ ਹੋਰ ਹੈ, ਦੇ ਦੇਵੋ। ਹੈਂ ਆ ਕੀ ਵੇ? ਤੈਨੂੰ ਕੁਛ ਨਹੀਂ ਕਿਹਾ, ਉਹ ਤਾਂ ਆਪਣੀ ਹੋਣ ਵਾਲੀ ਘਰ ਵਾਲੀ ਨੂੰ ਹਵਾਈ ਚੁੰਮੀ ਦਿੱਤੀ ਹੈ। ਸ਼ਾਂਤੀ 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 ਸ਼ਾਂਤੀ। ਹਾਂ ਬੇਬੇ, ਖੜੀ ਪਿੱਛੇ? ਹਾਂ ਖੜੀ ਆ। ਅੱਖ ਚ ਵੇਖੀ ਕੀ ਪੈ ਗਿਆ? ਦੇਖਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕੁਛ ਨਹੀਂ ਆ। ਕੁਛ ਨਹੀਂ ਆ? ਕੁਛ ਨਹੀਂ ਨਹੀਂ। ਚੰਗਾ ਫਿਰ। ਚੰਗਾ। ਸਤਿ ਸ਼੍ਰੀ ਅਕਾਲ ਬੇਬੇ। ਕੀ ਗੱਲ, ਕੱਲ ਬਹੁਤ ਰੌਲਾ ਪੈ ਰਿਹਾ ਸੀ ਤੁਹਾਡੇ ਘਰ। ਸਾਰੇ ਬਾੜੇ ਤੇਰੇ ਪਾਏ ਹੋਏ ਨੇ, ਹੌਲੀ ਬੋਲੀ ਫਿਰਦੀ ਆ। ਨੀ ਸੱਤ ਘਰ ਤਾਂ ਡੈਣ ਵੀ ਛੱਡ ਦਿੰਦੀ ਆ, ਡੁੱਬ ਜਾਣੀ ਏ। ਤੈਨੂੰ ਸਾਡੇ ਹੀ ਘਰ ਮਿਲਿਆ ਸੀ। ਸ਼ਾਂਤੀ ਲੱਸੀ ਪਵਾਲਾ ਕੁੜੇ, ਆ ਜਾ। ਆਹੋ ਭਰਦੇ ਡੋਲੂ। ਆ ਜਿਹੜੀ ਮੀਸਣੀ ਜਿਹਨੂੰ ਤੂੰ ਤਿੜ ਤਿੜ ਕੇ ਲੱਸੀਆਂ ਪਾਉਂਦੀ ਫਿਰਦੀ ਆ ਨਾ, ਇਹ ਤੇਰਾ ਘਰ ਦਾ ਬੁਣੂ ਫਿਰਦੀ ਆ। ਨਿੱਕੇ ਦੇ ਮੰਗਣੇ ਦਾ ਮੂੰਹ ਮਿੱਠਾ ਨਹੀਂ ਕਰਾਉਣਾ ਤਾਂ ਨਾ ਸਹੀ, ਗੁੱਸਾ ਕਿਉਂ ਕਰਦੀ ਐ? ਲਓ ਕਰ ਲਓ ਗੱਲ, ਬਸ਼ਰਮ ਦੀ ਡੁਲਗੀ ਦਾਲ ਆਖੇ ਅਸੀਂ ਡੋਲ ਡੋਲ ਖਾਂਦੇ ਆ, ਜਾਇ ਵੱਡੇ ਦਾ ਜਮਾਨਾ ਹੀ ਬਾਲਾ ਮਾੜਾ ਆ ਗਿਆ। ਬੇ ਮੇਜਰਾ ਕਿਉਂ ਬਾਂਗਾ ਦਿੰਦੀ ਰਹਿੰਦੀ ਐ? ਕੀ ਹੋਇਆ ਤੁਹਾਡੀ ਬੁੜੀ ਨੂੰ? ਕਰਨੀ ਬਾਲਾ ਨਾ ਬੋਲ, ਲੈ ਮੱਖਣ ਵੀ ਪਾਤਾ।